ਪੰਜਾਬੀਆਂ ਵਾਸਤੇ ਬੜੇ ਮਾਣ ਦੀ ਅਤੇ ਖੁਸ਼ੀ ਦੀ ਖਬਰ ਹੈ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਰੋੜਕਾ ਕਲਾਂ ਨਾਲ ਸੰਬੰਧਿਤ ਪੰਜਾਬਣ ਜੈਸਮੀਨ ਕੌਰ ਨੇ ਜਰਮਨ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਂ ਨਾਲ ਪੂਰੇ ਪੰਜਾਬ ਅਤੇ ਦੇਸ਼ ਦਾ ਨਾਂ ਚਮਕਾਇਆ ਹੈ। ਰੋੜਕਾ ਕਲਾਂ ਦੇ ਬਜ਼ੁਰਗ ਰੱਖਾ ਸਿੰਘ ਅਤੇ ਬੀਬੀ ਹਰਵੰਸ ਕੌਰ ਦੀ ਫੁਲਵਾੜੀ ਤੋਂ ਸਰਦਾਰ ਮਨਜੀਤ ਸਿੰਘ ਅਤੇ ਬੀਬੀ ਸੁਰਜੀਤ ਕੌਰ ਦੀ ਸਪੁੱਤਰੀ ਜੈਸਮੀਨ ਕੌਰ ਨੇ ਜਰਮਨ ਬਾਰਡਰ ਪੁਲਿਸ ਵਿੱਚ ਆਪਣੀ ਥਾਂ ਬਣਾਈ ਹੈ। ਜੈਸਮੀਨ ਦਾ ਕਹਿਣਾ ਹੈ ਕਿ ਜਰਮਨ ਪੁਲਿਸ ਵਿੱਚ ਭਰਤੀ ਹੋਣ ਲਈ ਉਸਦੇ ਮਾਪਿਆਂ ਨੇ ਹਮੇਸ਼ਾ ਉਸ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਹੈ ਅਤੇ ਹਰ ਕਦਮ 'ਤੇ ਸਹਿਯੋਗ ਦਿੱਤਾ ਹੈ। ਜੈਸਮੀਨ ਕੌਰ ਦੀ ਦਾਦੀ ਬੀਬੀ ਗੁਰਪਾਲ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਨੇ ਸਾਡੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈ ਦੇ ਸੰਦੇਸ਼ ਆ ਰਹੇ ਹਨ। ਜੈਸਮੀਨ ਕੌਰ ਦੀ ਦਾਦੀ ਦਾ ਕਹਿਣਾ ਹੈ ਕਿ ਧੀਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ, ਉਹ ਕਿਸੇ ਵੀ ਪੱਖ ਤੋਂ ਪੁੱਤਰਾਂ ਤੋਂ ਘੱਟ ਨਹੀਂ ਹਨ। ਸਾਡੀ ਧੀ ਨੇ ਪੂਰੀ ਦੁਨੀਆ ਦੇ ਵਿੱਚ ਸਾਡਾ ਨਾਂ ਉੱਚਾ ਕੀਤਾ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਗੁਰਪਾਲ ਕੌਰ ਕਿਹੜਾ ਪਿੰਡ ਹੈ? ਰੋੜਕਾ ਕਲਾਂ। ਅੱਛਾ, ਬਾਹਰ ਕੁੜੀ ਪੁਲਿਸ ਦੇ ਵਿੱਚ ਜਿਹੜੀ ਸਿਲੈਕਟ ਹੋਈ ਹੈ, ਹਾਂਜੀ, ਉਹ ਕੀ ਲੱਗਦੀ ਤੁਹਾਡੀ? ਉਹ ਮੇਰੀ ਪੋਤੀ ਲੱਗਦੀ ਹੈ। ਕੀ ਨਾਮ ਹੈ ਉਹਦਾ? ਜਸਵੀਰ। ਉਧਰ ਨਹੀਂ ਜੰਮੀ ਪੜੀ? ਹਾਂਜੀ, ਉਧਰ ਹੀ ਜਨਮ ਉਹਦਾ, ਉਧਰ ਲਈ ਹੈ। ਤੇ ਪਰਿਵਾਰ ਸਾਰਾ? ਸਾਰਾ ਪਰਿਵਾਰ ਉਧਰ ਹੀ ਹੈ। ਹਾਂਜੀ, ਉਹਨਾਂ ਨੇ ਸਾਨੂੰ ਫਿਰ ਪਾਇਆ ਸੀਗਾ ਫੋਨ ਚ। ਹਾਂਜੀ, ਤਾਂ ਉਹ ਫਿਰ ਫੋਟੋ ਭੇਜੀ ਸੀਗੀ ਗੋਰਿਆ ਨੇ। ਹੋਰ ਪਰਿਵਾਰ ਚ ਕੋਈ ਨੀ, ਮਾਂ ਪੇ ਆ, ਦੋਵੇਂ ਭੈਣਾਂ, ਇੱਕ ਭਰਾ ਛੋਟਾ ਆ, ਧੰਨਵੀਰ ਉਹਦਾ ਨਾਂ, ਬੜੀਆ ਨਾ ਪਵਨਵੀਤ। ਪਤਾ ਲੱਗਾ ਜਦੋਂ ਫਿਰ ਪਿੰਡ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ? ਹਾਂਜੀ, ਸਾਨੂੰ ਉਦੋਂ ਹੀ ਫੋਨ ਕਰ ਦਿੱਤਾ ਸੀ ਉਹਨਾਂ ਨੇ। ਮਾਹੌਲ ਕਿਦਾਂ ਦਾ ਸੀਗਾ ਜਦੋਂ ਪਤਾ ਲੱਗਾ? ਹਾਂਜੀ, ਮਾਹੌਲ ਵਧੀਆ ਸੀ, ਮਾਹੌਲ ਬਹੁਤ ਵਧੀਆ ਸੀਗਾ। ਖੁਸ਼ੀ ਸੀ ਪਰਿਵਾਰ ਦੇ ਵਿੱਚ? ਹਾਂਜੀ, ਖੁਸ਼ੀ ਸੀ ਬਹੁਤ, ਸਾਨੂੰ ਖੁਸ਼ੀ ਬਹੁਤ ਹੋਈ ਤੇ ਸਾਰਿਆਂ ਨੇ ਫਿਰ ਸਿਲੈਕਟ ਕਰ ਦਿੱਤਾ, ਫੋਨ ਕਰ ਦਿੱਤੇ ਸਾਰਿਆਂ ਨੇ। ਤਾਂ ਉਹ ਕਹਿੰਦੇ ਬਹੁਤ ਸੋਹਣਾ, ਫਿਰ ਮਨਜੀਤ ਨੂੰ ਫੋਨ ਕੀਤਾ, ਕਹਿੰਦਾ ਤੇਰੀ ਪੋਤੀ ਹੋਈ ਆ। ਮੈਂ ਕਿਹਾ ਮੇਰੀ ਤਾਂ ਪੋਤੀ ਫਿਰ ਲਓ। ਹਾਂ, ਬਹੁਤ ਖੁਸ਼ ਹੋਏ ਸਾਰੇ। ਪੰਜਾਬੀ ਹੁਣ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਮੱਲਾ ਮਾਰ ਰਹੇ ਆ, ਉੱਥੇ ਜਾ ਕੇ ਸਿਲੈਕਟ ਹੋ ਰਹੇ। ਪਿੰਡ ਵੱਲੋਂ ਵੀ ਫਿਰ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ, ਵਧਾਈਆਂ ਦੇਣ ਆਏ ਆ ਫਿਰ ਲੋਕ? ਹਾਂਜੀ ਹਾਂਜੀ ਹਾਂਜੀ, ਆਨਗੋੜ ਆਇਆ ਸੀ ਜਿੱਦਾਂ ਜਿੱਦਾਂ ਪਤਾ ਲੱਗਾ, ਉਹਨੂੰ ਦੱਸਿਆ ਸੀ। ਬਾਬਾ, ਜਿੱਦਾਂ ਤੁਹਾਡੇ ਵੇਲੇ ਵੈਸੇ ਕਰ ਪਹਿਲਾਂ ਸੀ ਤਾਂ ਕੁੜੀਆਂ ਨੂੰ ਪੜਾਉਂਦੇ ਨਹੀਂ ਸੀਗੇ? ਹਾਂਜੀ, ਅੱਜ ਬੱਚੇ ਪੜ੍ਹਦੇ ਆ। ਹਾਂਜੀ, ਹੁਣ ਤਾਂ ਪੜ੍ਹਦੇ ਬੱਚੇ ਆ ਕੇ ਨਾਂ ਰੋਸ਼ਨ ਕਰ ਰਹੇ, ਕੀ ਲੋਕਾਂ ਨੂੰ ਕੀ ਸੰਦੇਸ਼? ਹਾਂਜੀ, ਰੋਸ਼ਨ ਕੀਤਾ ਉਹਨੇ ਦਾਦੀ ਬਾਬੇ ਦਾ, ਸਾਡਾ ਰੋਸ਼ਨ ਸਾਂਭਲਾ ਕੀਤਾ। ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਆ ਕਿ ਉਹ ਦੇਸਾਂ ਪ੍ਰਦੇਸਾਂ ਵਿੱਚ ਬੱਚੇ ਜਾ ਸਕਦੇ ਆ, ਪੜ੍ਹਾਈ ਚ ਹੀ ਆ ਸਾਰਾ ਕੁਛ, ਜੋ ਕੁਛ ਵੀ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜਿੱਥੇ ਪੰਜਾਬੀਆਂ ਤੇ ਸਿੱਖਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਜਾ ਕੇ ਵੱਡੀਆਂ ਤਰੱਕੀਆਂ ਕੀਤੀਆਂ ਹਨ, ਅਮਰੀਕਾ ਅੰਦਰ, ਕੈਨੇਡਾ ਅੰਦਰ, ਇੰਗਲੈਂਡ ਅੰਦਰ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਪੰਜਾਬੀ ਵੱਸਦੇ ਆ, ਉਹਨਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਅਤੇ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿੰਡ ਰੁੜਕਾ ਕਲਾਂ ਤੋਂ ਸਵਰਗਵਾਸੀ ਸਰਦਾਰ ਰੱਖਾ ਸਿੰਘ ਜੀ, ਮਾਤਾ ਹਰਵੰਸ ਕੌਰ ਜੀ ਅਤੇ ਇਹਨਾਂ ਦੇ ਸਪੁੱਤਰ ਸਾਡਾ ਛੋਟਾ ਵੀਰ ਮਨਜੀਤ ਸਿੰਘ ਅਤੇ ਉਹਨਾਂ ਦੀ ਜੀਵਨ ਸਾਥਣ ਬੀਬੀ ਸੁਰਜੀਤ ਕੌਰ, ਜੋ ਲੰਬੇ ਸਮੇਂ ਤੋਂ ਯੂਰਪ ਅੰਦਰ, ਜਰਮਨ ਅੰਦਰ ਰਹਿ ਰਹੇ ਨੇ ਅਤੇ ਉੱਥੇ ਆਪਣਾ ਕਾਰੋਬਾਰ ਕਰ ਰਹੇ ਨੇ, ਉਹਨਾਂ ਦੀ ਬੇਟੀ ਸਾਡੀ ਭਤੀਜੀ ਜੈਸਮੀਨ ਕੌਰ, ਜਿਹਨੇ ਪੁਲਿਸ ਬਾਰਡਰ ਅੰਦਰ ਜੁਆਇਨਿੰਗ ਕੀਤੀ ਆ। ਸਾਨੂੰ ਇਸ ਗੱਲ ਦੀ ਖੁਸ਼ੀ ਆ, ਵਧਾਈ ਆ ਕਿ ਅੱਗੇ ਵੀ ਰੁੜਕਾ ਕਲਾਂ ਤੋਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ, ਸਾਡੀਆਂ ਬੱਚੀਆਂ ਨੇ, ਸਾਡੇ ਪਿੰਡ ਦਾ ਨਾਮ ਜਿਨ੍ਹਾਂ ਨੇ ਉੱਚਾ ਕੀਤਾ ਹੈ ਇੰਗਲੈਂਡ, ਕੈਨੇਡਾ, ਅਮਰੀਕਾ ਦੀ ਧਰਤੀ ਉੱਤੇ ਅਤੇ ਯੂਰਪ ਅੰਦਰ, ਇਹ ਸਾਡੀ ਬੇਟੀ ਨੇ ਜੋ ਹੈ ਗ੍ਰੈਜੂਏਸ਼ਨ ਕਰਕੇ
और उस करके इन्हें पुलिस ज्वाइन की है, पुलिस बॉर्डर दे अज ज्वाइन किया है। तो असी रुड़का कलां विच इस गल की खुशी महसूस कर रहे हैं। तो अपने ही परिवार को छोटा वीर मनजीत सिंह ते बीबी सरजीत कौर अते उन्हां दे समुचे परिवार नूं पिछे रहिंदे होए उन्हां दे सत्कारयोग चाची जी बीबी गुरपाल कौर जी समुचे परिवार नूं असीं बहुत बहुत वधाई दिंदे आ। ते पंजाब वासियां नूं इह बड़ी इक खुशी वाली गल आ कि यूरप अंदर पिंड रुड़का कलां दा नाम उच्चा होया है। वाहिगुरू जी का खालसा, वाहिगुरू जी की फतेह।